ਹਾਂਜੀ ਸਾਰਿਆਂ ਨੂੰ ਸਤ ਸ੍ਰੀ ਅਕਾਲ ਅੱਜ ਆਪਾਂ ਪਲਾਜ਼ੋ ਦੀ ਕਟਿੰਗ ਦਾ ਹਿਸਾਬ ਰੱਖਣਾ ਆਪਾਂ ਨੇ ਵੀ ਕਈ ਵਾਰੀ ਇਹ ਸਮਝ ਨਹੀਂ ਆਉਂਦੀ ਹੁੰਦੀ ਹੁੰਦੀ ਨਾ ਵੀ ਕਿੰਨੀ ਹਿੱਪ ਰੱਖਣੀ ਆ ਵੀ ਕਿੰਨਾ ਪੱਟ ਰੱਖਣਾ ਵੀ ਕਿੰਨਾ ਰੱਖਣਾ ਵਾ ਵੀ ਕਿੰਨਾ ਜ਼ਿਆਦਾ ਰੱਖਣਾ ਵਾ ਫਿਰ ਸਮਝ ਨਹੀਂ ਆਉਂਦੀ ਹੁੰਦੀ ਹੈਗੀ ਤੇ ਜੇਕਰ ਕੋਈ ਨਾਪ ਆਪਣੇ ਕੋਲੇ ਨਾ ਹੋਵੇ ਫਿਰ ਆਪਾਂ ਨੇ ਇਸ ਹਿਸਾਬ ਨਾਲ ਆਪਾਂ ਨੇ ਆਪਦਾ ਪਲਾਜ਼ੋ ਦੀ ਕਟਿੰਗ ਕਰਨੀ ਆ ਪਹਿਲਾਂ ਸਭ ਤੋਂ ਲੰਬਾਈ ਹੈਗੀ ਆਪਣੀ 35 ਇੰਚ ਤਿਆਰ ਜਦੋਂ ਆਪਣੀ ਪੂਰੀ 35 ਇੰਚ ਤਿਆਰ ਨੇਫੇ ਤੋਂ ਅਲੱਗ ਤੇ ਹੇਠੋਂ ਮੂਰੀ ਤੋਂ ਅਲੱਗ ਉੱਪਰ ਨੇਫੇ ਦਾ 2 ਇੰਚ ਲਗਾ ਲੈਣਾ ਤੇ ਹੇਠੋਂ ਮੂਰੀ ਦਾ ਜਿੰਨੀ ਆਪਾਂ ਚੌੜੀ ਰੱਖਣੀ ਆ ਜਿੰਨਾ 모ੜਨ ਵਾਸਤੇ ਰੱਖਣੀ ਆ 3.5 ਰੱਖਣੀ ਆ ਜਾਂ 2 ਇੰਚ ਰੱਖਣੀ ਆ ਜਿੰਨੀ ਆਪਾਂ ਨੇ 모ੜਨੀ ਆਪਾਂ ਨੂੰ ਵਧੀਆ ਲੱਗਦੀ ਆ ਉੰਨੀ ਉਹਦਾ ਆਰਡਰ ਰੱਖ ਲੈਣਾ ਤੁਹਾਡੇ ਮੂਰੀ ਦਾ ਤੇ ਲੰਬਾਈ ਆਪਾਂ ਨੇ ਵਿਚਕਾਰ ਪੂਰੀ ਤਿਆਰ ਰੱਖ ਲੈਣੀ ਆਂ ਦੀ ਤੇ ਹੁਣ ਹਿੱਪ ਦਾ ਇਹ ਧਿਆਨ ਰੱਖਣਾ ਵਾ ਜਦੋਂ ਆਪਣੀ ਹਿੱਪ ਜਿਹੜੀ ਆਪਣੀ ਸੂਟ ਦੀ ਆਪਾਂ ਹਿੱਪ ਬਣਾਉਂਦੇ ਆਂ ਆਪਣੀ ਪੁੰਦੀ ਆ ਨਾ ਪਿਆ ਲੱਕ ਕੋਲੋਂ ਇਹ ਵਾਲੀ ਇੰਚ ਦੀ ਟੇਪ ਨਾਲ ਲੈਣੀ ਹੈ ਇਹ ਜਿਵੇਂ ਹੁਣ 32 ਇੰਚ ਤਿਆਰ ਆ ਪੂਰੀ ਘੁਮਾ ਕੇ ਉਹਦੇ ਵਿੱਚ ਆਪਾਂ ਨੇ 6 ਇੰਚ ਪਲੱਸ ਕਰ ਲੈਣਾ 6 ਇੰਚ ਪਲੱਸ ਕਰਕੇ ਫਿਰ 38 ਇੰਚ ਹੋ ਗਈ 38 ਇੰਚ ਦਾ ਫਿਰ ਆਪਾਂ ਚੌਥਾ ਹਿੱਸਾ ਲੈ ਲੈਣਾ ਚੌਥਾ ਜਿੰਨਾ ਚਾਹੀਦਾ ਡਿਵਾਈਡ ਕਰਕੇ ਦੇਖ ਲਓ ਤੇ ਚੌਥਾ ਹਿੱਸਾ ਲੈਣਾ ਮ ਆਪਾਂ ਨੇ 38 ਦਾ 38 ਦਾ ਤੇ ਫਿਰ ਉਹ 9.5 ਆ ਜਾਊਗਾ ਆਪਾਂ ਨੇ 9.5 ਨਿਕਲਿਆ ਇਹ ਆਪਣੀ ਉੱਪਰੋਂ ਹੈਪ ਨਿਕਲੀ ਇਹ ਹੈਗਾ ਪਤਲਾ ਪਤਲੀ ਜੀ ਕੁੜੀ ਦਾ ਨਾਪ ਆ ਹੈਗਾ ਪਾਰੀ ਦਾ ਜਿਹਦੀ ਆਪਣੀ 44 ਇੰਚ ਹੈਪਾ ਤੇ ਉਹਦੇ ਵਿੱਚ 44 ਇੰਚ ਤੇ ਆਪਾਂ 6 ਇੰਚ ਪਲੱਸ ਕਰਾਂਗੇ 6 ਇੰਚ ਪਲੱਸ ਕਰਕੇ 50 ਇੰਚ ਆ ਗਿਆ 50 ਨੂੰ ਆਪਾਂ ਚਾਰ ਨਾਲ ਡਿਵਾਈਡ ਕਰਾਂਗੇ 12.5 ਆ ਗਿਆ ਆਪਾਂ ਉਹਦੀ ਹੈਪ ਜਦੋਂ ਆਪਾਂ ਦੂਰਾ ਕਰਕੇ ਕਪੜਾ ਧਰ ਕੇ ਕਟਿੰਗ ਕਰਾਂਗੇ ਤਾਂ ਉਹਦੀ ਹੈਪ ਆਪਾਂ ਨੂੰ 12.5 ਰੱਖਾਂਗੇ ਤੇ ਅੱਧਾ ਇੰਚ ਹੋਰ ਸਲਾਈ ਦਾ ਰੱਖਾਂਗੇ ਉਹਦਾ ਝੋਲੀ ਕੰਨੀ ਤੇ ਇਥੋਂ ਪੱਟ ਹੋਊਗਾ ਹੈਗਾ ਉਹਦਾ 28 ਇੰਚ ਆਪਾਂ ਉਥੋਂ ਰੱਖਾਂਗੇ 14 ਇੰਚ ਇਹਦੀ ਆਪਾਂ ਉੱਪਰੋਂ 13 ਇੰਚ ਰੱਖਿਆ ਤਾਂ ਇਹ ਥੋਂ ਆਪਾਂ 14 ਤੇ ਇਹਦਾ ਵੀ ਸਲਾਈਡ ਰੱਖਾਂਗੇ 1.5 14 ਇੰਚ ਰੱਖਾਂਗੇ ਤੇ 1.5 ਇੰਚ ਆਪਾਂ ਨੇ ਇਹ ਥੋਂ ਪੱਟ ਜ਼ਿਆਦਾ ਰੱਖਣਾ ਫਿਰ ਆਪਾਂ ਇਹਦਾ ਕਰਾਚ ਦਾ ਨਿਸ਼ਾਨ ਲਾਉਣਾ ਹੁੰਦਾ ਤੇ ਮੈਂ ਤੁਹਾਨੂੰ ਦਿਖਾ ਵੀ ਦਿੰਨੀ ਹਾਂ ਹਾਂਜੀ ਆ ਦੇਖੋ ਇਦਾਂ ਪਹਿਲਾਂ ਆਪਾਂ ਨੇ ਫੋਲਡ ਕਰਕੇ ਕੱਪੜਾ ਰੱਖ ਲਿਆ ਇਦਾਂ ਇਹਦੇ ਲਈ ਸਾਈਡ ਨੂੰ ਫੋਲਡ ਕਰਕੇ ਰੱਖ ਰੱਖ ਲਿਆ ਇਹ ਤਾਂ ਆਪਾਂ ਨਿਸ਼ਾਨ ਚਾਹੀਏ ਆਪਾਂ ਇਧਰੋਂ ਜਿਹਦੇ ਲਾ ਪਾਸਾ ਖੁੱਲਾ ਇਧਰ ਹੁੰਦਾ ਵਾ ਚਾਹੇ ਕਰਨੀ ਵਾਲੇ ਪਾਸੋਂ ਦਾ ਚਾਹੀਏ ਇਧਰਲੇ ਪਾਸੇ ਉਹ ਧਰ ਲਓ ਚਾਹੀਏ ਇਧਰੋਂ ਫੋਲਡ ਪਾਸੇ ਉਹ ਧਰ ਲਓ ਇਹ ਤਾਂ ਆਪਾਂ ਨੇ ਕਟਿੰਗ ਕਰ ਹੀ ਦੇਣੀ ਆ ਕਿਉਂਕਿ ਦੋਨੇ ਪਾਸੇ ਸੀਨਾ ਆਉਣ ਕੀ ਹੈ ਨਾ ਪਲਾਜ਼ੋ ਦੇ ਤੇ ਹਾਂਜੀ ਇਹਦਾ ਫੋਲਡ ਕਰਕੇ ਧਰ ਲਿਆ ਪਹਿਲਾਂ ਇੱਥੋਂ ਆਪਾਂ ਨੇ ਆਦਾ ਨੀਫੇ ਦਾ ਲਾ ਲੈਣਾ ਨੀਫੇ ਦਾ ਨਿਸ਼ਾਨ 2 ਇੰਚ ਲਾ ਲਓ ਜੇ ਇਲਾਸਟਿਕ ਵੱਧ ਚੌੜੀ ਪਾਉਣੀ ਹੈ ਜੇ ਲਸਤ ਆਪਾਂ ਨੇ ਜਿਆਦਾ ਨੀਫਾ ਮੋੜਨਾ ਵਾ 2.5 ਇੰਚ ਰੱਖ ਲਓ ਨਹੀਂ 2 ਇੰਚ ਵਾਧੂਗਾ ਇਹਨਾਂ ਇਲਾਸਟਿਕ ਤੇ ਫਿਰ ਇੱਥੋਂ ਆਪਾਂ ਨੇ ਆਪਣੀ ਜਿਹੜੀ हिਪ ਰੱਖਣੀ ਹੈ ਜਿਵੇਂ ਜੇ ਤਾਂ 9.5 ਕਿਸੇ ਪਤਲੀ ਦੀ ਆ ਉਹ ਤਾਂ 9.5 ਰੱਖ ਕੇ ਆਪਾਂ ਨੇ ਧਾ ਇੰਚ ਸਲਾਈ ਦਾ ਇੱਥੋਂ ਰੱਖ ਕੇ ਉਹ ਇਦਾਂ ਇੱਥੇ ਨਿਸ਼ਾਨ ਲਾ ਲੈਣੀਆਂ 2 ਇੰਚ ਨੇਪੇ ਦਾ ਰੱਖ ਕੇ ਫਿਰ ਇੱਥੇ ਤੱਕ ਆਪਾਂ ਨੇ हिਪ ਲਗਾ ਦੇਣੀ ਹੈ ਪਹਿਲਾਂ ਜੇ ਕਿਸੇ ਭਾਰੀ ਦਾ ਉਹ 12.5 ਤੇ ਇਦਾਂ ਇੰਚ ਆਪਾਂ ਸਲਾਈ ਦਾ ਲਾਵਾਂਗੇ 13 ਇੰਚ ਦੀ ਨਿਸ਼ਾਨੀ ਲੱਗ ਜੂਗੀ ਆਹ ਵਾਲੀ ਫਿਰ ਆਪਾਂ ਹੇਠ ਹੁਣ ਇਹ ਹੈਗਾ ਵਾ 12 ਇੰਚ ਇਹਦਾ ਆਸਣਵਾ ਤੇ ਜੀ ਆਪਣਾ ਹੋਰ ਭਾਰੀ ਦਾ ਕਿਸ ਰਾਸਨਾ 14 ਉਹਦਾ 14 ਇੰਚਾ ਸਨ ਰੱਖ ਲੈਣਾ ਵਾ ਇਥੋਂ ਨੇਫੇ ਤੋਂ ਬਿਨਾ ਇਥੋਂ 14 ਇੰਚ ਰੱਖ ਲੈਣਾ ਆਪਾਂ ਨੇ ਤੇ ਫਿਰ ਆ ਡੇਢ ਇੰਚ ਦਾ ਆਪਾਂ ਨੇ ਪੱਟ ਜਿਆਦੇ ਰੱਖਿਆ ਪੱਟ ਜਿਆਦੇ ਰੱਖ ਲੈਣਾ ਆਪਾਂ ਨੇ ਡੇਢ ਇੰਚ ਫਿਰ ਇਥੋਂ ਇਹ ਨਿਸ਼ਾਨੀ ਲਾ ਦੇਣੀ ਆਪਾਂ ਨੇ ਪੱਟ ਵਾਲੀ ਤੇ ਫਿਰ ਆਪਾਂ ਨੇ ਇਥੋਂ ਐ ਕਰਕੇ ਕਰਾਸ ਚ ਦੀ ਨਿਸ਼ਾਨੀ ਲਾ ਦੇਣੀ ਆ ਤਰਨੂੰ ਤੇ ਫਿਰ ਹੁਣ ਆਪਾਂ ਨੇ ਇਹ ਜਿਹੜੀ ਆਪਾਂ ਨੇ ਆ ਲੰਬਾਈ ਲਈ ਹੋਈ ਐਨ ਇਦਾਂ ਆ ਮੂਰੀ ਆਪਾਂ ਨੇ ਚੌੜੀ ਰੱਖੀ ਹੋਈ ਏਦੀ ਸਾਢੇ 3 ਇੰਚ ਰੱਖੀ ਏ ਜੇ ਆਪਾਂ ਨੇ ਮੂਰੀ ਘੱਟ ਰੱਖਣੀ ਆ ਤਾਂ ਆਪਾਂ 2 ਇੰਚ ਤੇ ਵੀ ਰੱਖ ਸਕਦੇ ਆ ਤੇ ਹੁਣ ਆਪਾਂ ਸਾਢੇ 3 ਦੀ ਰੱਖੀ ਹੋਈ ਆ ਇੱਥੋਂ 6 ਇੰਚ ਮੂਰੀ ਤਿਆਰ ਆ ਇੰਨੀ ਇੱਕ ਸਲਾਈ ਦਾ ਰੱਖ ਕੇ ਤੇ ਇੱਥੋਂ ਸਲਾਈ ਦਾ ਰੱਖ ਕੇ ਤੇ ਅੰਦਰ ਆਪਾਂ ਜਿੰਨਾ ਸਲਾਈ ਦਾ ਰੱਖਣਾ ਵਾ ਅੱਧਾ ਪੌਣਾ ਪੌਣਾ ਇੰਚ ਸਲਾਈ ਦਾ ਰੱਖ ਕੇ ਫਿਰ ਇੱਥੋਂ ਆਪਾਂ ਮੂਰੀ ਤੋਂ ਲੈ ਕੇ ਆਹ ਜਿਹੜੀ ਆਪਾਂ ਕਰੌਚ ਦੀ ਨਿਸ਼ਾਨ ਲਾਇਆ ਹਨ ਆਹ ਇਹ ਦੇ ਨਾਲ ਇਦਾਂ ਕਰਕੇ ਆਪਾਂ ਨੇ ਇਦਾਂ ਥੋੜਾ ਜਿਹਾ ਅੰਦਰ ਜਿਨ ਨੂੰ ਦੇਖੋ ਐਂ ਜੇ ਕਰਦੇ ਇੱਥੇ ਨਿਸ਼ਾਨ ਲਗਾ ਦੇਣਾ ਇਹ ਆਪਣੀ ਇੱਕ ਲੱਤ ਦਾ ਹੋ ਗਿਆ ਤੇ ਹੁਣ ਆਪਾਂ ਦੂਜੀ ਦਾ ਦੇਖਦੇ ਆਂ ਇਹ ਨਿਸ਼ਾਨ ਲਗਾ ਕੇ ਨਾ ਪਹਿਲਾਂ ਆਪਾਂ ਇਹਦੀ ਕਟਿੰਗ ਕਰ ਦੇਣੀ ਆ ਕਟਿੰਗ ਕਰਕੇ ਇਹਨੂੰ ਫਿਰ ਆਪਾਂ ਦੂਜੇ ਪਾਸੇ ਤਰਾਂਗੇ ਉਹਦਾ 1.5 ਇੰਚ ਆਪਾਂ ਜ਼ਿਆਦਾ ਰੱਖਾਂਗੇ ਉਹ ਵੀ ਦਿਖਾਉਣੀ ਆ ਤੁਹਾਨੂੰ ਫਿਰ ਬਨੇ ਆ ਫੋਲਡ ਦੀ ਵੀ ਕਟਿੰਗ ਕਰ ਲੈਣੀ ਇਹਦਾ ਫੋਲਡ ਪਾਸਾ ਆ ਹਾਂਜੀ ਫਿਰ ਆਪਾਂ ਨੇ ਇਹ ਇਹਦਾ ਕਟਿਆ ਕਟਾਇਆ ਨਾ ਇਦਾਂ ਇਹਦੇ ਦੂਜੇ ਪਾਸੇ ਇਹ ਕੱਪੜੇ ਦੇ ਉੱਤੇ ਉੱਪਰ ਧਰ ਲੈਣਾ ਪਹਿਲਾਂ ਹੀ ਇਧਰੋਂ 1.5 ਇੰਚ ਜ਼ਿਆਦਾ ਰੱਖ ਲੈਣਾ ਆਪਾਂ ਨੇ ਇਦਾਂ ਇਹਦੇ ਤੋਂ ਬਸ ਇਹਦੇ ਤੇ ਇਦਾਂ ਨਿਸ਼ਾਨੀ ਲਗਾ ਕੇ ਆਪਾਂ ਇਹਦੀ ਕਟਿੰਗ ਕਰ ਦੇਣੀ ਆ ਆ ਇੱਥੋਂ ਆਇਦ੍ਰੋ ਨਿਫੀ ਕਨੀਓ ਇਧਰੋਂ ਥੋੜਾ ਆਪ ਥੋੜਾ ਜਿਹਾ 1.5 ਇੰਚ ਦੀ ਆਪਾਂ ਨੇ ਇਥੋਂ ਪਿੱਛੋਂ ਵੱਧ ਰੱਖਾਂਗੇ ਜੇ ਤਾਂ ਕੋਈ ਛੋਟੀ ਪਤਲੀ ਜੀ ਦਾ ਉਹਦੇ ਤਾਂ ਆਪਾਂ ਇਦਾਂ ਹੀ ਸਿਉਂਦਾਂਗੇ ਠੀਕ ਰਹੂਗਾ ਜੇ ਕਿਸੇ ਦਾ ਭਾਰੀ ਦਾ ਨਾਪਨ ਉਹ ਇਥੋਂ 1.5 ਇੰਚ ਪਿਛਲੇ ਦਾ ਇਹ ਪਿਛਲਾ ਪੱਲਾ ਹੋਊਗਾ ਪਿਛਲਾ ਪਿਛਲੇ ਪਾਸੇ ਆਉਣਗੇ ਨਾ ਪਿਛਲੇ ਲੱਤਾਂ ਤੇ ਆਊਗਾ ਆਹ ਮੂਹਰੇ ਪਾਸੇ ਆਊਗਾ ਫਰੰਟ ਤੇ ਇਹ ਦੋਨੇ ਅੱਡੀ ਜੁੜ ਜਾਣਗੇ ਦੋਨੇ ਇਹ ਵਾਲੇ ਤੇ ਇਹਨਾਂ ਦੇ ਦੋਨਾਂ ਦੀ ਸੀਨ ਅਲੱਗ ਲੱਗੂਗੀ ਦੋਨਾਂ ਦੀ ਢੇਠ ਵਾਲਿਆਂ ਦੀ ਤੇ ਹੁਣ ਇਹ ਇਥੋਂ ਨਾ ਆਪਾਂ ਨੇ 1.5 ਇੰਚ ਇਹਦੇ ਤੋਂ ਜ਼ਿਆਦਾ ਰੱਖਾਂਗੇ ਤੇ ਹੁਣ ਆਪਾਂ ਇਹਦੀ ਇਦਾਂ ਕਟਿੰਗ ਕਰ ਦਾਂਗੇ ਇਹ ਇਹਦੇ ਤੋਂ ਹੇਠੇ ਹੇਠਾ ਵਾਲੇ ਨੂੰ ਆਪਾਂ ਨੇ 1.5 ਇੰਚ ਜ਼ਿਆਦਾ ਰੱਖਣਾ ਜਦੋਂ ਆਪਾਂ ਸੀਨਾ ਲਾਵਾਂਗੇ ਇਹ ਥੋੜਾ ਜਿਆਦਾ ਆਊਗਾ ਇਧਰੋਂ 1.5 ਇੰਚ ਜ਼ਿਆਦਾ ਰੱਖ ਕੇ ਆਪਾਂ ਹੁਣ ਇਹਦੀ ਹੇਠੋਂ ਇਹ ਹੇਠਾ ਵਾਲੇ ਦੀ ਵੀ ਕਟਿੰਗ ਕਰ ਦਾਂਗੇ ਇਦਾਂ ਆਪਾਂ ਕਟਿੰਗ ਕਰ ਦਾਂਗੇ ਉੱਪਰ ਧਰ ਕੇ ਪਹਿਲਾਂ ਇਧਰ ਹੀ 1.5 ਇੰਚ ਵੱਧ ਰੱਖ ਕੇ ਉੱਪਰ ਧਰ ਕੇ ਇਦਾਂ ਆਪਾਂ ਕਟਿੰਗ ਕਰ ਦੇਣੀ ਆ ਫਿਰ ਆ ਜਿਹੜੀਆਂ ਉੱਪਰ ਲੀਆਂ ਸਾਈਡਾਂ ਨੇ ਪਹਿਲਾਂ ਫਰੰਟ ਵਾਲੀਆਂ ਪਹਿਲਾਂ ਇਹਨਾਂ ਦੋਨਾਂ ਨੂੰ ਜਦੋਂ ਸਟੀਚਿੰਗ ਕਰਨੀ ਆਪਾਂ ਇਹਨਾਂ ਦੋਨਾਂ ਨੂੰ ਸਟਿਚ ਕਰਨਾ ਫਿਰ ਇਹੇਠਾਂ ਵਾਲਿਆਂ ਦੋਨਾਂ ਨੂੰ ਕਰਨਾ ਫਿਰ ਪਹਿਲਾਂ ਦੋਨਾਂ ਨੂੰ ਕਰਕੇ ਸਟੀਚ ਕਰਕੇ ਫਿਰ ਆਪਾਂ ਦੂਬਾਰਤ ਵਿੱਚ ਆਹ ਸੀਨ ਪਹਿਲਾਂ ਆਹ ਵਾਲੀ ਮਾਰਨੀ ਹੈ ਫਿਰ ਇਹ ਵਾਲੀਆਂ ਮਾਰ ਕੇ ਫਿਰ ਬਾਅਦ ਵਿੱਚ ਆਹ ਵਾਲੀਆਂ ਮਾਰਾਂਗੇ ਫਿਰ ਆਪਾਂ ਨੀਫਾ ਮੋੜਨ ਤੋਂ ਪਹਿਲਾਂ ਇਹਦੀ ਦੱਬ ਮੀ ਸੀਨ ਮਾਰਾਂਗੇ ਉੱਪਰ ਦੀ ਏਦਾਂ ਘੁਮਾ ਕੇ ਫਿਰ ਇਹਦਾ ਨੀਫਾ ਮੋੜਾਂਗੇ ਹਾਂਜੀ ਤੀਜੀ ਕਰ ਸਟੀਚਿੰਗ ਦੀ ਵੀ ਤੁਹਾਨੂੰ ਵੀਡੀਓ ਚਾਹੀਦੀ ਹੋਈ ਤਾਂ ਤੁਸੀਂ ਜਰੂਰ ਦੱਸਿਓ ਕਮੈਂਟ ਕਰਕੇ ਫਿਰ ਮੈਂ ਤੁਹਾਨੂੰ ਸਟੀਚਿੰਗ ਦੀ ਵੀ ਬਣਾਵਾਂਗੀ ਤੇ ਜੇ ਇਥੋਂ ਵੀ ਨਾਂ ਜੇ ਸਮਝ ਆਈ ਤਾਂ ਤੁਸੀਂ ਮੈਨੂੰ ਦੱਸਿਆ ਜਰੂਰ ਕਰੋ ਕਮੈਂਟ ਕਰਕੇ ਹਾਂਜੀ ਧੰਨਵਾਦ ਜੀ